ਇਹ ਭਾਈ ਡੇਢ ਮਹੀਨਾ ਪਹਿਲਾਂ ਵਣ ਵਿਹਲਾ ਹੋ ਗਿਆ। ਹਾਂ ਬਾਈ 45 ਦਿਨ ਹੋ ਗਏ। ਅੱਜ ਜਿਹੜਾ ਮੌਸਮ ਹੈ ਮੱਕੀ ਦੇ ਅਨੁਕੂਲ ਹੈ ਜੀ। ਅੱਜ ਦੀ ਲੱਗੀ ਮੱਕੀ ਅਗਲੀ ਮੱਕੀ ਨੂੰ ਘੱਟੋ ਘੱਟ 50-60 ਕੁਆਟਲ ਕਿੱਲੇ ਦਾ ਝਾੜ ਵੱਧ ਦੇ ਦੂਗੀ। ਅੱਛਾ ਫਿਰ ਇਹਦੇ 'ਚ ਐਂ ਹੁੰਦਾ ਵੀ ਜਦੋਂ ਆਪਾਂ ਕਣਕ ਤੋਂ ਬਾਅਦ ਮੱਕੀ ਲਾਉਣੇ ਆ ਉਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ। ਹਾਂਜੀ ਹਾਂਜੀ ਮਿੱਤਰੋ ਯਾਰ, ਤੁਸੀਂ ਨਾ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਜਿਵੇਂ ਮੱਕੀ ਦਾ ਚਾਰ ਵੀ ਪਾਉਂਦੇ ਹੁੰਦੇ ਆ ਤੇ ਝੋਨੇ ਦੀ ਪਰਾਲੀ ਦਾ ਚਾਰ ਪਾਉਂਦੇ ਆ, ਤਾਂ ਬਾਈ ਯਾਰ ਇਹਨਾਂ ਖੜੀ ਕਣਕ ਦਾ ਚਾਰ ਪਾ ਰਹੇ ਆ। ਆਹ ਦੇਖੋ ਤੁਸੀਂ, ਤੇ ਇੱਧਰ ਮਸ਼ੀਨ ਵੀ ਚੱਲਦੀ ਹੈ, ਤੁਹਾਨੂੰ ਦਿਖਾ ਦਈਏ। ਤੇ ਬਾਈ ਸੁਖਪਾਲ ਆ ਹਨਾ, ਜਾਣਦੇ ਆ ਤੁਸੀਂ ਸਿਰਗੇ ਵਾਲੇ ਤੋਂ ਆ ਬਾਈ, ਤੇ ਇਹਨੇ ਮਸ਼ੀਨ ਆ ਜਿਹੜੀ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ, ਤਾਂ ਝੋਨੇ ਦੀ ਪਰਾਲੀ ਦੀ ਵੀਡੀਓ ਵੀ ਪਾ ਰਹੇ ਸੀ। ਪਰ ਮੈਨੂੰ ਵੀ ਐਂ ਜਿਹਾ ਲੱਗਿਆ ਵੀ ਯਾਰ ਆਹ ਤਾਂ ਜਿਹੜਾ ਪਾ ਰਹੇ ਆ ਖੜੀ ਕਣਕ ਦਾ ਚਾਰ ਹਨਾ, ਕਣਕ ਵੀ ਵੇਖ ਲਾ ਹੁਣ ਮਹੀਨੇ ਕੁ 'ਚ ਪੂਰੀ ਪੱਕ ਜਾਣੀ ਸੀਗੀ, ਪਰ ਇਹ ਜਿਹੜਾ ਹੁਣ ਪਸ਼ੂਆਂ ਨੂੰ ਚਾਰ ਪਾਇਆ ਜਾ ਰਿਹਾ, ਸਾਰਾ ਪ੍ਰੋਸੈਸ ਹਨਾ, ਕਿਵੇਂ ਪਾਉਂਦੇ ਆ ਚਾਰ, ਜਾਂ ਇਹਦੇ ਵਿੱਚ ਕਿੰਨਾ ਕੁ ਮਤਲਬ ਬੈਨੀਫਿਟ ਆ। ਆਪਾਂ ਕਹਿ ਦਈਏ ਵੀ ਹੁਣ ਕਣਕ ਕਈ ਆਖਣਗੇ ਵੀਰ ਵੀ ਯਾਰ ਕਣਕ ਨਾ ਹਨਾ ਸਾਰੀ ਮਹੀਨੇ ਕੁ ਤੱਕ ਆ ਜਾਣੀ ਸੀਗੀ ਵੀ ਨੁਕਸਾਨ ਕਰ ਰਹੇ ਹਾਂ, ਤਾਂ ਇਹ ਸਾਰੀ ਗੱਲਬਾਤ ਕਰਾਂਗੇ ਅਤੇ ਕੀ ਪ੍ਰੋਸੈਸ ਰਹਿੰਦਾ, ਕਿੰਨਾ ਕੁ ਫਾਇਦਾ ਹੈਗਾ ਪਸ਼ੂਆਂ ਨੂੰ ਇਹਦੇ ਚਾਰ ਪਾਉਣ ਦਾ, ਤਾਂ ਵੀ ਸਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਆਜੋ ਕਰਦੇ ਹਾਂ ਗੱਲਬਾਤ, ਅਤੇ ਇਸ ਨੂੰ ਉੱਧਰ ਦਿਖਾ ਦਈਏ ਪਹਿਲਾਂ ਮਸ਼ੀਨ ਚੱਲਦੀ। ਅਤੇ ਮਿੱਤਰੋ ਬਾਈ ਨਾ ਆਪਣੇ ਨਾਲ ਹੋਣਗੇ ਕੁਲਵਿੰਦਰ ਸਿੰਘ ਗਿੱਲ ਹੈ ਨਾ, ਜਿਹੜੇ ਬਾਈ ਇਹ ਚਾਰ ਪਾਉਂਦੇ ਹੈਗੇ ਜਿਵੇਂ ਆਹ ਕਣਕ ਦਾ, ਤਾਂ ਸਾਰੀ ਗੱਲਬਾਤ ਪੁੱਛਦੇ ਹਾਂ ਬਾਈ ਨੂੰ ਵੀ ਕਿੰਨਾ ਕੁ ਹੈ ਨਾ ਇਹਦਾ ਬੈਨੀਫਿਟ ਆ, ਜਿਵੇਂ ਆਪਾਂ ਕਣਕ ਵਗੈਰਾ ਵੀ ਉਹ ਕਰਦੇ ਹਾਂ ਸਾਰੀ। ਅਤੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਉਹ ਠੀਕ ਹੋ ਬਾਈ? ਸਭ ਵਧੀਆ ਜੀ, ਵਧੀਆ। ਚਲੋ ਵਧੀਆ ਚਾਹੀਦਾ ਬਾਈ ਯਾਰ, ਮੈਨੂੰ ਵੀ ਵੇਖ ਕੇ ਹੈਰਾਨੀ ਹੋਈ। ਵੈਸੇ ਤਾਂ ਮਤਲਬ ਕਈ ਇੱਧਰ ਨਾਭੇ ਵਾਲੀ ਸਾਈਡ ਵੀ ਪਾਉਂਦੇ ਹੋਣੇ ਆ, ਸੁਣਿਆ ਵੀ ਚਾਰ ਪਾਉਂਦੇ ਪੈਂਦਾ। ਠੀਕ ਹੈ, ਅਤੇ ਜਿਹੜਾ ਇਹ ਫਿਰ ਬਾਈ ਚਾਰ ਦਾ ਇੰਨਾ ਬੈਨੀਫਿਟ ਕੀ ਆ? ਪਹਿਲਾਂ ਵੱਡੀ ਗੱਲ ਆਪਾਂ ਕਣਕ ਬੀਜਦੇ ਹਾਂ ਖਾਣ ਵਾਸਤੇ ਹੈ ਨਾ, ਅਤੇ ਜ਼ਿਆਦਾ ਆਪਾਂ ਮੱਕੀ ਦਾ ਚਾਰ ਪਾਉਂਦੇ, ਚਲੋ ਮੈਂ ਪਿੱਛੇ ਦੇਖਿਆ ਵੀ ਪਰਾਲੀ ਦਾ ਚਾਰ ਵੀ ਪਾਉਣ ਲੱਗ ਗਏ। ਠੀਕ ਠੀਕ, ਪਰ ਹੁਣ ਮੈਂ ਦੇਖਿਆ ਵੀ ਖੜੀ ਕਣਕ ਦਾ ਚਾਰ ਪਰੇ, ਵੀ ਇਹਦਾ ਬੈਨੀਫਿਟ ਇੰਨਾ ਕਿੰਨਾ ਕੁ ਵੀ ਜਿਹੜਾ ਆਪਾਂ ਕਣਕ ਦਾ ਹੀ ਚਾਰ ਪਾਤਾ? ਫਿਰ ਇਹ ਕਣਕ ਦਾ ਜਿਹੜਾ ਅਨਾਜ ਆ, ਅਸੀਂ ਦਾਣਾ ਕਹਿ ਲਓ, ਦਾਣਾ ਵਿੱਚ ਹੀ ਰਹਿ ਗਿਆ ਨਾ। ਹਾਂ, ਚਾਹੇ ਤਾਂ ਆਪਾਂ ਦਾਣਾ ਪਕਾ ਕੇ ਪਸ਼ੂਆਂ ਨੂੰ ਪਾ ਲਓ, ਹਾਂਜੀ ਬਾਈ, ਚਾਹੇ ਕੱਚਾ ਪਾ ਲਓ, ਕੱਚਾ ਪਾ ਲਓ, ਜਿਹੜਾ ਪਕਾ ਕੇ ਪਾਉਣੇ ਉਹ 25-30% ਡਾਈਜੈਸਟ ਹੁੰਦਾ। ਠੀਕ ਹੈ, ਜਿਹੜਾ ਇਹ ਕੱਚਾ ਇਹਨੇ 80-85% ਡਾਈਜੈਸਟ ਹੋ ਜਾਣਾ। ਅੱਛਾ, ਕਿਉਂ ਨਾ ਫਿਰ ਆਪਾਂ ਕੱਚਾ ਹੀ ਪਾ ਲਈਏ। ਅੱਛਾ, ਤਾਂ ਕਰਕੇ ਆਪਾਂ ਤਾਂ ਦਾਣੇ 'ਚ ਐਨਰਜੀ ਲੈਣੀ ਹੈ ਨਾ। ਠੀਕ ਹੈ, ਪਸ਼ੂਆਂ ਦਾ ਕੰਮ ਕਰਨਾ। ਠੀਕ ਹੈ, ਇਹਨੂੰ ਪਕਾਓ, 2 ਮਹੀਨੇ ਬਾਅਦ ਹੋਰ ਰੋਕੋ, 2 ਮਹੀਨੇ ਬਾਅਦ ਬਾਹਨ ਵਿਹਲਾ ਕਰੋ। ਠੀਕ ਹੈ, ਕਣਕ ਕੱਢ ਬਣਾਓ, ਫਿਰ ਤੂੜੀ ਬਣਾਓ, ਤੂੜੀ ਬਣਾਓ, ਫਿਰ ਉਹਨੂੰ ਫਿਰ ਮਿਕਸ ਕਰੋ ਪਸ਼ੂਆਂ ਨੂੰ ਖਵਾਉਣ ਵੇਲੇ। ਠੀਕ ਹੈ, ਉਹ ਤੋਂ ਵਧੀਆ ਗੱਲ ਹੈ ਵੀ ਆਪਾਂ ਹੁਣੇ ਰਲਿਆ ਰਲਿਆ ਹੀ ਪਾ ਦਿੰਦੇ ਹਾਂ, ਸਾਰਾ ਹੀ ਬਣਿਆ ਬਣਾਇਆ। ਹਾਂ ਬਣਿਆ। ਅੱਛਾ, ਮੈਂ ਗੱਲ ਹੀ ਪੁੱਛਣਾ ਵੀ ਬਾਈ ਤੁਹਾਡਾ ਕੋਈ ਫਾਰਮ ਵਗੈਰਾ ਗਾ? ਹਾਂ, ਆਪਣਾ ਡੈਰੀ ਫਾਰਮ। ਠੀਕ ਆ, ਕਿੰਨੇ ਕੁ ਪਸ਼ੂ ਵਗੈਰਾ ਰੱਖੇ ਹੋਏ ਆ ਬਾਈ? ਆਪਣੇ ਕੋਲ ਟੋਟਲ ਲਿਖੇ ਵੱਡੇ 150 ਪਸ਼ੂ। ਹਾਂ, 150 ਪਸ਼ੂ ਹੈ। ਹਾਂ, ਠੀਕ ਆ, ਤਾਂ ਮਨ ਕੇ ਵੀ ਤੁਹਾਨੂੰ ਇਹ ਜਿਹੜਾ ਫਿਰ ਚਾਰ ਪਾਉਣਾ ਸਹੀ ਲੱਗਦਾ? ਪਹਿਲਾਂ ਕਿੰਨਾ ਕੁ ਟਾਈਮ ਹੋ ਗਿਆ ਵੈਸੇ ਪਾਉਂਦੇ ਨੂੰ? ਚਾਰ ਹੀ 2012 ਸ਼ੁਰੂ ਕੀਤਾ ਸੀ। ਠੀਕ ਆ, ਠੀਕ ਆ, 2012 ਦਾ। 2012 ਤੇ ਕਿੰਨਾ ਕੁ ਮਤਲਬ ਜਿਹੜਾ ਮੱਕੀ ਦੇ ਚਾਰ ਨਾਲੋਂ ਤੇ ਦੂਜੇ ਨਾਲ ਆਪਣੇ ਨਾਲ ਹੋਰਾਂ ਨਾਲੋਂ ਵੀ ਬੈਨੀਫਿਟ 'ਚ ਰਹਿੰਦਾ ਹੈ? ਇਹ ਵੀ ਬੈਨੀਫਿਟ ਤਾਂ ਇਹਦਾ ਐਂ ਵੀ ਇਹਦਾ ਬਾਇਓਮਾਸ ਥੋੜ੍ਹਾ ਹੁੰਦਾ, ਦਾਣਾ ਹੁੰਦਾ ਹੀ ਹੁੰਦਾ। ਜੀ ਜੀ ਜੀ, ਤੇ ਉਸ ਤੋਂ ਬਾਅਦ ਠੀਕ ਹੈ, ਇਹਦੇ 'ਚ ਡਾਈਜੈਸਟੀਬਿਲਟੀ ਮੱਕੀ ਨਾਲੋਂ ਜ਼ਿਆਦਾ ਹੁੰਦੀ ਹੈ ਜੀ। ਗਰਮੀ 'ਚ ਪਸ਼ੂ ਨੂੰ ਹਜ਼ਮ ਕਰਨ 'ਚ ਮੁਸ਼ਕਲ ਆਉਂਦੀ ਮੱਕੀ, ਉਦੋਂ ਇਹ ਕੁਛ ਹੱਦ ਤੱਕ ਪਸ਼ੂ ਨੂੰ ਸਹਾਰਾ ਲਾ ਆਉਂਦਾ। ਅੱਛਾ, ਛੇਤੀ ਹਜ਼ਮ ਆਉਂਦੇ ਪਸ਼ੂ, ਮਤਲਬ ਦੁੱਧ ਨਹੀਂ ਤੋੜਦੇ। ਠੀਕ ਹੈ, ਜਿਵੇਂ ਗਰਮੀ ਆਈ ਜਾਂਦੀ ਹੈ, ਪਸ਼ੂ ਦੁੱਧ ਨਹੀਂ ਤੋੜਦੇ, ਪਸ਼ੂ ਦੁੱਧ ਨਹੀਂ ਉਹ ਕਰਦੇ। ਹਾਂ, ਦੁੱਧ ਘਟਾਉਂਦੇ। ਮਤਲਬ ਸਾਰਿਆਂ ਨਾਲੋਂ ਵਧੀਆ ਚਾਰ ਇਹ ਮੰਨਿਆ ਜਾਂਦਾ ਹੈ? ਸਾਰਿਆਂ ਨਾਲੋਂ ਵਧੀਆ ਨਹੀਂ ਕਹਿ ਸਕਦੇ। ਹਾਂ, ਮੱਕੀ ਦੀ ਆਪਦੀ ਖੂਬੀ, ਇਹਦੀ ਆਪਦੀ ਹੈ, ਪਰ ਗਰਮੀ 'ਚ ਇਹ ਮੱਕੀ ਨਾਲੋਂ ਵਧੀਆ। ਮੱਕੀ ਨਾਲੋਂ ਵਧੀਆ, ਗਰਮੀ 'ਚ ਵਧੀਆ। ਠੀਕ ਹੈ, ਅਤੇ ਬਈ ਇਹਦਾ ਫਿਰ ਪਾਉਣ ਦਾ ਪ੍ਰੋਸੈਸ ਕੀ ਰਹਿੰਦਾ ਹੈਗਾ? ਇਹ ਵੀ ਇੱਥੇ ਵੱਢ ਕੇ ਤੁਹਾਡੇ ਸਾਹਮਣੇ ਜਾਈ ਜਾਂਦਾ। ਹਾਂ, ਜਾ ਕੇ ਪੈਟ 'ਚ ਲਈ ਜਾਣਗੇ, ਟਾਈਟਲ ਸਟਾਰਟ ਕਰੀ ਜਾਊਗਾ। ਠੀਕ ਹੈ, ਨਾਲ ਇਨਾਕੂਲੈਂਟ ਲਾ ਦੇਵਾਂਗੇ। ਮੱਕੀ ਵਾਲਾ ਹੀ ਸਾਰਾ ਕੰਮ ਹੈ? ਸਾਰਾ ਸੇਮ ਮੱਕੀ ਵਾਲਾ ਹੀ ਹੈ। ਤੇ ਆਪਣਾ ਮੱਕੀ ਦਾ ਹੁੰਦਾ ਵੀ ਮਹੀਨੇ ਕੁ ਤੱਕ ਗਲਦਾ, ਖਾਣੀ ਕਿੰਨੇ ਟਾਈਮ ਤੱਕ ਹੁੰਦਾ ਹੈ ਨਾ ਬਾਈ? ਇਹ ਵੀਰੇ ਅੱਡੋਡੀ ਹੁੰਦੇ ਆ, ਕੁਛ ਇਨਾਕੂਲੈਂਟ ਆ ਕੇ ਇਹਦੇ 15-20 ਦਿਨਾਂ 'ਚ ਉਹਨੂੰ ਫਾਰਮੈਂਟੇਸ਼ਨ ਹੋ ਜਾਂਦੀ ਹੈ, ਬੈਕਟੀਰੀਆ ਲਾ ਦਿੰਦੇ ਆਪਾਂ। ਠੀਕ ਹੈ, ਨੈਚੁਰਲ ਪ੍ਰੋਸੈਸ ਹੁੰਦਾ 45 ਦਿਨ। 45 ਦਿਨ? ਹਾਂ, ਪਰ ਇਹਦੀ ਡਾਈਜੈਸਟੀਬਿਲਟੀ ਜ਼ਿਆਦਾ ਹੁੰਦੀ ਹੈ। ਮੈਂ ਵੇਖਿਆ 20-25 ਦਿਨਾਂ ਤੋਂ ਬਾਅਦ ਵੀ ਇਹ ਤਿਆਰ ਹੀ ਹੁੰਦਾ, ਕੋਈ ਦਿੱਕਤ ਨਹੀਂ ਆਉਂਦੀ। ਤਿਆਰ ਹੀ ਹੁੰਦਾ ਇਹ? ਤਿਆਰ ਹੁੰਦਾ। ਚਾਰ ਦਾ ਮਕਸਦ ਇਹ ਵੀ ਡਾਈਜੈਸਟੀਬਿਲਟੀ ਵਧਾਉਣੀ ਹੈ। ਹਾਂ, ਇਹਦੀ ਕੁਦਰਤੀ ਵਾਧਾ ਕਣਕ ਦੀ ਮੱਕੀ ਨਾਲੋਂ। ਅੱਛਾ, ਠੀਕ ਹੈ। ਤੇ ਜੇ ਚਾਰ ਪਾਉਣਾ, ਮੰਨ ਲਾ ਕਈ ਯਾਰ ਹੁਣ ਵੀਰਾਂ ਨੇ ਹੋਰ ਵੀ ਪਾਉਣਾ ਹੋਵੇ ਚਾਰ, ਕਈ ਯਾਰ ਸ਼ੁਰੂ ਕਰਨਾ ਹੁੰਦਾ ਵੀ ਚਲੋ ਆਪਾਂ ਤੂੜੀ ਵੀ ਬਣਾਉਣੇ, ਆ ਜਾਓ ਆਪਾਂ ਨਾਲ ਤੂੜੀ ਚੱਲਦੇ ਹਾਂ ਹਨਾ, ਤੇ ਆਹ ਤੁਸੀਂ ਆਪ ਦੇਖ ਲਓ, ਤੇ ਇਹਦਾ ਬੈਨੀਫਿਟ ਕੀ ਆ? ਮਤਲਬ ਆਪਾਂ ਜੇ ਕੋਈ ਹੁਣ ਪਹਿਲਾਂ ਪਾ ਦਾ, ਆਪਾਂ 1-4 ਮਹੀਨੇ ਪਹਿਲਾਂ ਪਾ ਦਾ ਕੋਈ ਫਸਲ ਤੋਂ ਹਨਾ, ਤਾਂ ਇਹ ਕੋਈ ਫਾਇਦੇ ਜ਼ਰੂਰ ਦੱਸਿਓ। ਇਹ ਬਈ 1.5 ਮਹੀਨਾ ਪਹਿਲਾਂ ਵਾਹਣ ਵਿਹਲਾ ਹੋ ਗਿਆ। ਹਾਂ ਬਈ, 45 ਦਿਨ ਹੋ ਗਏ। ਅੱਜ ਜਿਹੜਾ ਮੌਸਮ ਹੈ ਮੱਕੀ ਦੇ ਅਨੁਕੂਲ ਹੈ ਜੀ, ਅੱਜ ਦੀ ਲੱਗੀ ਮੱਕੀ ਅਗਲੀ ਮੱਕੀ ਨੂੰ ਘੱਟੋ ਘੱਟ 50-60 ਕੁਆਟਲ ਕਿੱਲੇ ਦਾ ਝਾੜ ਵੱਧ ਦੇ ਦੂਗੀ। ਅੱਛਾ, ਫਿਰ ਇਹਦੇ 'ਚ ਐਂ ਹੁੰਦਾ ਵੀ ਜਦੋਂ
तो जे मक्की का अपना कणक का चार पाना बई यदि बल्लिया वगैरह एडिया होने चाहिए छोटे का पा सकते हैं भी एडो एडी गल है ये तो जे बहर वेखिए तो बूट स्टेज पर पाना शुरू कर दें हाँ जी बूट स्टेज होंगी है जिम्मे छली बहर आई है ये बहर भी नहीं आते अच्छा बहर अपने होर भी पाँदे जो फॉरन की गल फॉरन की गल करते हैं हाँ जी वो इन बूट स्टेज पर पाँदे है ये दाना तो हजे भी नहीं उन्ना बनया ठीक है पर एक कुदरती गल है जो आप दाना बनाने तो प्रोटीन लैवल घट जाता है ठीक है जे आप दाना बनावे दो महीने होर करा ये हाँ दाना बनना शुरू नहीं होया हजे बनना नहीं शुरू होया हाँ हाँ दुद्ध है कह लिए हाँ दुद्ध कह लो या दुद्ध तो भी थोड़ी पहले की स्टेज है पहला की स्टेज है पर यह दाना नहीं मिलेगा तो प्रोटीन मिल जाना प्रोटीन मिल जाए हाँ प्रोटीन यदा ज्यादा होगा जे तो बूट स्टेज पर बढ़ते इतू पहला तो कला ड्राई मैटर की दिक्कत होनी मशीनरी अपने को है नहीं गई है नहीं गई जी अपने सुखाने तो नहीं तो बूट स्टेज पर बढ़िया जाए तो प्रोटीन 21-22% होंगे 21-22% हाँ हाँ ठीक है तो आई फिर चार वगैरह हूँ तुम्हें आपका तो नहीं है वाण बई नहीं आप आपका नहीं है मतलब हूँ जमा कर रहे हैं स्टॉक हाँ 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 स्टॉक सेल वगैरह भी कर दें बई आप सेल करते हैं पर सेल होने लायक नहीं है अच्छा की हुआ सी ना यह शैलरैल बन बिक गया अच्छा बई आपां नूं सस्ता मिल गया आपां आपदे पशुआं एडजस्ट कर लैणा क्योंकि जो आपां सेल करना हुंदा ना उहदे दाना जरूरी है उहदे वास्ते दाना जरूरी हाँ 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 जिवें मक्की दा कह लगे मक्की दा हुंदा इहदा ही बनदा इहदू 15 दिन बाद जे आपां इहदा वेखांगे इहदा दाना बन जाणा दाना बन जाणा कच्चा जिहा दाना इहनूं आपां सेल नहीं करदे आपदे पशुआं वास्ते रख लांगे ठीक है भाई स्टार्च घट मिलेगा असीं मक्की उत्तों दे देंगे एक्सट्रा दाना दे देंगे बिल्कुल प्रोटीन इहदे नाल वरत लांगे ठीक है देखो आपां पशुआं नूं मेन दो चीज़ां हुंदियां प्रोटीन ते स्टार्च हाँ हाँ बिल्कुल दोनों नूं बैलेंस कर लईए दूजे कुदरती आपे हो जांदे हुंदे बिल्कुल हूँ आप जो मान लो स्टार्च घट होगा प्रोटीन ज्यादा है आप प्रोटीन खुराक मेनटेन करा घट कर लेंगे स्टार्च बद दे देंगे अनाज बद पा देंगे फीट बद पा देंगे बिल्कुल तो एक गल बई मैं लास्ट पूछता सूनू भी हूँ मेरे अर्गन तो ए लगू यार बई ने ना भी खड़ी कणक यदि आप तूड़ी भी बनानी सी दाने भी आने से है ना तो जोड़ा आप मक्की का चार वधिया रहिंदा भी आप लॉस तो नहीं जा रहे कि वह भी एक क्लीयर जहा कर दो भी ये इन्ना पैसे की गल कर लगे कि जब कणक इन्नी दी हो जाती तूड़ी बन जाती है भी तो सीधा ही हूँ चक के चार पाता ना तूड़ी बनी ना कणक के दाने आए वीरे तूड़ी गई कित्थे जी अपनी तूड़ी से वह भी अपने पेटे जा रही दाना भी अपने पेट ची जा उड़िया तूड़ी गई कित्थे तो जी थले कोई रही इन्हें चार उंगलों वो रहनी है वो तूड़ी वाली मशीन च भी खराब हो जाती है बिल्कुल आपां नूं टोटल बाय मास तां जिन्ना पक्की कणक दा उन्ना ही कच्ची दा मिल गया उन्ना ही मिल गया हाँ 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 तूड़ी कित्थे जावड़ी अपने पेट च जावड़ी तूड़ी तूड़ी भी जावड़ी हाँ जी हाँ जी भी उही गल होगी भी इहदी भी तूड़ी बनाउणी सी दाणा भी तुसीं पाउणा ही सी पशुआं नूं वीरे ना तां तूड़ी प्रॉपर डाइजेस्ट होणी सीगी हाँ ते ना दाणा प्रॉपर डाइजेस्ट होणा सी जो पकाउंदे पकाउंदे जे कच्चा होण करके डाइजेस्ट वध हो जाऊगा वध हो जाऊगा न्यूट्रिशन वैल्यू देखीए तां बराबर आ जाऊ उदों एक्सट्रा होऊगी एक्सट्रा हो जाऊ हाँ हाँ ठीक है आ सिस्टम मेरे भी मन च सीगा मैं बाई नूं पुछदे आं भी हणा भी इहदा भी किन्ना क फर्क रहिंदा हैगा वीरे कुछ भी नहीं किते ही नहीं गई इह किते ही नहीं गई हणा किते नहीं गई सारी विच ही है ठीक आ ते आ मशीन चल रही आ तुसीं सामणे देख लै खड़ी कणक दे उपर बना रही है बरीक चार करके इहदा वाहवा बरीक बनाउणा पैंदा बाई यार कि नॉर्मली चल जांदा भी जिवें आपां कहिंदे मक्की दा थोड़ा मोटा रख दे जे ज्यादा जिहड़ा बरीक करना हुंदा बरीक च मुड़ के गाला नहीं करदा पशु सही थोड़ा ऐसा मोटा रखना पैंदा मोटा रखना पैंदा पर उन्ना मोटा जिहड़ा प्रेस वधिया हो जाए ठीक है हाँ जे ज्यादा मोटा करांगे उह प्रेस नहीं होणा प्रेस नहीं होणा तो धन्नवाद भाई जी कोई गलबात रह गई होवे चलो कोई ना ते मैनूं लगदा वी आपां सारीआं गल्लां बातां तुहाडे तों पुछ ही लईआं हैना कोई कोई चक्कर जी धन्नवाद जी धन्नवाद ते बाकी अपना भाई जिन्हां मिस्त्री ने तैयार कीती आ उहदे नाल वी गल्लबात करा दिंदे आ ते आ देखो तुसी सफाई तो आनी आनी है क्योंकि बाला मोटा नाल नहीं हुंदा गा चढ़ती कला सिरिए वाले आ मिस्त्री ते आपां पहलां भी पाई है ना वीडियो लो भी आ बई आपां पहलां भी वीडियो पाई है ना बई नूं तुसी सारे जानदे हो ते आ मशीन जिन्हां ने तैयार कीती आ ते मशीन बारे वैसे आपां सारी जानकारी देती है पर बई तो फिर भी पुछदे आ जिहड़ा कणक का चार पा रहे हैं बई दसोंगे ये बारे है ना मशीन बारे जी बई मशीन ये अपना जिम्मे पहला पाई सी पराली वाली है ना ये हूँ कोई चेंज करना पाया नहीं जे जिथे पराली का चार पाऊगी हाँ बई उड़े कणक का चार ठीक है जमी का चार उतो तक है जे मान लो आप मक्की का चरी का बाजरे चार पाने तो अपन कटर बार चेंज करना पैदा कटर बार चेंज करना पैदा एक कॉर्न क्रॉकर लाना पैदा जो दाना जी क्रॉस करे ये जो बई लोड भी घट लेंदी है ना हाँ लोड उन्ना की है बई चार नहीं पाउंदी दस दिओ
अपने मान के चलो भारत की पहली एक वक्री मशीन ही कह लो। हाँ भाई जो कथ का बाप जी चार पाई करके कुतरा करके ठीक है भाई। कई यार दो दो इंजन के भी लाई जाते भाई मार्केट से दो भी आ रहे तीन भी आ रहे पर अभी एक इंजन भी जा रहे हैं। एक इंजन सही चलता भाई बिलकुल एसी कैबिन भी तैयार कर देने हैं। हाँ बस 20 to 22 दिनों के अपनी एसी कैबिन मशीन तैयार हो जाएगी। ठीक है तो जी आप कह लिए गलबात करते भाई यदा की हिसाब किताब रहा कितने कितने एरिए तक जा वड़ते हो फिर चार पाँच जी जो चार से चलाइए। हाँ वाह के हिसाब ना चाहते हैं। ठीक है घट्टो घट 20 किलो तक मशीन पहुँचती है दूर। अच्छा भाई नेड़े आ तो 2-3 किलो तक जा उड़ती है नेड़े 2-3 किलो तक। बाकी आप ट्रायल दे रहे हैं डेमो रखते डेमो है। हाँ बाकी की आम कंपनी किसी की ला लो कोई भी मशीन आ जी तूड़ी नहीं बनाऊगी। ठीक है भाई अपनी मशीन एक नवेकली मशीन है जी कणक की तूड़ी भी बनाऊ। अच्छा तूड़ी भी बना दू है। हाँ हम आप गांह जमें तूड़ी वाला सीजन आऊगा चलाओगे भाई। हाँ जी ठीक है लै भाई आप भी थोड़ा दिखावे तो बाकी आ नंबर आ बाइर दे एसी कैबिन के मशीन होगी जे जहाँ बंदा बैठूगा ड्राइवर वह जा उतरूगा है कोई ये नहीं भी मन के जो ड्राइवर अक गया थक गया तो उत्ते कणक तो पैनी नहीं बहुत ही आसानी ड्राइवर चलाऊगा खुश होकर। ठीक है भाई जो मन के चलो तो कंड पी अपने जो कोई क्लच भारा कुछ ना कुछ बंदा भी अक जाता वो तो सारा झंझट खत्म। ठीक है हाँ जी बिल्कुल सो धन्यवाद भाई जी गल्लां बहुत हो जाए कह लिए बाली बार लंबी हो जाती है वीडियो तो अज मैनू भी ए लगे भाई यार है एरिए कितने कितने चार पैंता यदा कणक जी अपना इधर बाजग आनंदगढ़ करनी नाभा शायद लेकोटला। अच्छा इधर पैंता मतलब देखने वाले भरा वास्ते होगा नवी चीज अपने एरिए वास्ते नवी चीज नाभे के एरिए लेकोटला इन्होंने 5-6 साल हो गए 5-6 साल हो गए है। ठीक है अपने एरिए नवा चल गया नवा चल मन को पराली मौके सारे हैरान से पराली का भी चार किन्ना पराली का चार पै गया हूँ की कणक का ही पैन लग कणक का भी पैन लग गया ना सो इदा करके वीरो आज करती सी धनबाद जी बी जी धनबाद जी बहुत जी। सो मित्रों दस्यो होना हा तो कमेंट करके मन लगता ट्राली वगैरह आ भी भर गई है बाकी दूजा बई ट्राला ले आया तो मशीन ना कोई बाला लोड मानती है तो आ कणक है ना बई ने जिमें सारी जानकारी दे दी है तो शेयर करो वो वीडियो में मिलते हैं फिर किसी होर नवी वीडियो के धन्यवाद जी।